ਹੁਣ ਫਿਰ ਇਲੈਕਸ਼ਨ ਆਉਣੀ ਹੈ ਜਿੰਦਗੀ ਦੀ, ਹੋਰ ਮਹੀਨੇ ਨੂੰ ਆ ਜਾਏਗੀ, ਹੋਰ ਬਹੁਤ ਜਲਦੀ ਹੋ ਜਾਣੀ, ਨਵੰਬਰ ਤੱਕ ਹੋ ਹੀ ਜਾਣੀ ਹੈ। ਪਰ ਜਿਮਨੀ ਹੋਣੀ ਹੈ ਇੱਥੇ, ਫਿਰ ਕੋਣਾ ਫਿਰ ਮੁਕਾਬਲਾ ਇਸੇ ਨਾਲ ਹੀ ਕਰਾ। ਲੜਾਈ ਲੜੀ 2022 ਚ ਐਮਐਲਏ ਦੀ, 20 ਦਿਨਾਂ ਚ ਲੜਾਈ ਲੜੀ, ਮੈਨੂੰ 18 ਦਿਨ ਪਹਿਲਾਂ ਟਿਕਟ ਮਿਲੀ। ਮੈਂ ਕਿਸੇ ਨੂੰ ਸਰਪੰਚੀ ਬਾਰੇ ਕਹਾਂ ਨਾ ਕਿ 15-16 ਦਿਨ ਰਹਿ ਗਏ ਸਰਪੰਚੀ ਨੇ ਲੜ ਲਾ, ਤਾਂ ਮੈਨੂੰ ਨਹੀਂ ਲੱਗਦਾ ਕਿ ਹਿੰਮਤ ਕਰੇ ਸਰਪੰਚੀ ਲੜਨ ਦੀ। ਉਹ ਕਹਿੰਦਾ ਦੇਣ ਕਿਹੜੇ ਬੱਚੇ ਨੇ ਮਗਰ, ਤਾਂ ਮੈਂ ਤਾਂ 15-16 ਦਿਨਾਂ 'ਚ ਐਮਐਲਏ ਦੀ ਇਲੈਕਸ਼ਨ ਲੜੀ, ਤਾਂ ਬਹੁਤ ਵੱਡੀ ਪੱਧਰ 'ਤੇ ਲੋਕਾਂ ਨੇ ਮੈਨੂੰ ਵੋਟਾਂ ਡੇਰਾ ਬਾਬਾ ਨਾਨਕ ਦੇ ਪੰਜ। ਮੈਂ ਇਹਨਾਂ ਟੱਬਰਾਂ ਨਾਲ 5 ਸਾਲਾਂ 'ਚ 4 ਵਾਰੀ ਇਲੈਕਸ਼ਨ ਲੜਨੀ ਹੈ। ਲੋਕ 5 ਸਾਲਾਂ 'ਚ 1 ਇਲੈਕਸ਼ਨ ਲੜਦੇ ਨੇ, 22-27 ਲੜਨੀ ਹੈ ਮੈਨੂੰ। ਹੁਣ ਲੜਨੀ ਪਈ ਪਹਿਲਾਂ 22 'ਚ, ਫਿਰ ਮੈਂ 24 'ਚ ਲੜੀ ਹੈ ਇਹਨਾਂ ਦੇ ਇਸ ਟੱਬਰ ਦੇ ਨਾਲ। ਤਾਂ ਮੇਰੀ 31,000 ਤੋਂ ਸਿੱਧੀ 45,500 ਵੋਟ ਹੋਈ ਹੈ। ਮੇਰਾ 1900 ਵੋਟ ਦਾ ਫਰਕ ਰਹਿ ਗਿਆ 2000 ਦੇ, ਇੰਨਾ ਕੀ ਫਰਕ ਹੈ ਨਾ। ਹੁਣ 22-24 ਤੋਂ ਬਾਅਦ ਹੁਣ ਮੈਂ ਫਿਰ ਇਲੈਕਸ਼ਨ ਲੜਨੀ ਹੈ ਮਹੀਨੇ ਨੂੰ, ਉਦੋਂ ਬਾਅਦ ਫਿਰ ਮੈਂ 27 'ਚ ਇਲੈਕਸ਼ਨ ਲੜਨੀ ਹੈ। 5 ਸਾਲਾਂ 'ਚ 4 ਇਲੈਕਸ਼ਨਾਂ ਲੜਨੀਆਂ ਵੱਡੀਆਂ। ਇਹ ਕਿਹਦੇ ਸਿਰ 'ਤੇ ਲੜਨੀਆਂ? ਤੁਹਾਡੇ ਸਿਰ 'ਤੇ ਲੜਨੀਆਂ, ਤੁਸੀਂ ਲੜਾਉਣੀਆਂ ਨੇ ਮੈਨੂੰ ਇਲੈਕਸ਼ਨਾਂ। ਕਿੰਨਾ ਚਿਰ ਇਹ ਸਿਸਟਮ ਚੱਲਣਾ ਜਿਹੜਾ ਆਹ ਚੱਲਦਾ ਹੈ, ਕਿੰਨਾ ਚਿਰ ਚੱਲਣਾ? ਚੱਲਣ ਦੇਣਗੇ ਲੋਕ? ਆਹ ਦੇਖ ਲਈ, 1 ਮਹੀਨੇ ਨੂੰ ਇਲੈਕਸ਼ਨ ਹੋਣੀ ਹੈ ਡੇਰਾ ਬਾਬਾ ਨਾਨਕ 'ਚ। ਮੈਂ ਪਿਛਲੀ ਵਾਰੀ ਤਾਂ ਬੜੀ ਭਰਮਾਨਸੀ ਵਰਤੀ ਹੈ, ਐਰਗਾ ਮੈਂ ਭਰਮਾਨਸੀ ਭਰਮੂਨਸੀ ਦਾ ਕਿਤਾਬ ਬੰਦ ਕਰ ਦਿੱਤੀ ਹੈ, ਇਸ ਵਾਰ ਭਰਮਾਨਸੀ ਨਹੀਂ ਵਰਤਣੀ। ਸਰਕਾਰ ਸਾਡੀ ਹੈ, ਹੁਣ ਦੇਖਾਂਗੇ ਕਿਹੜੇ ਪੀਏ ਅਤੇ ਕਿਹੜੇ ਦੂਜੇ ਨੋਟ ਲਿਆਉਂਦੇ ਤੇ ਸ਼ਰਾਬਾਂ ਮਿਸਕੀਆਂ ਦੀਆਂ ਪੇਟੀਆਂ ਆਉਂਦੀਆਂ ਗੁੱਡਾਂ, ਹੁਣ ਦੇਖਾਂਗਾ ਮੈਂ। ਜਦੋਂ ਮੈਨੂੰ ਪਤਾ ਲੱਗ ਗਿਆ ਕਿਸੇ ਪਿੰਡ 'ਚ 1 ਪੇਟੀ ਮਿਲੱਥੀ ਹੈ, ਤੁਸੀਂ ਦੱਸਣਾ ਉਹ ਬੰਦਾ ਪੇਟੀ ਉਹਦੇ ਸਿਰ 'ਤੇ ਚੁਕਾ ਕੇ ਪੇਟੀ ਤਾਂ ਖਾਣੀ ਦੇਣਾ ਉਹਨੇ। ਤਾਂ ਤੁਸੀਂ ਜਿਹੜਾ ਨਰਕ ਪਾਇਆ, ਤੁਸੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਤੁਰੇ ਹੋ, ਤੁਸੀਂ ਨਸ਼ੇ ਵਿੱਚ ਅਤੇ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਪਿਉਂਦੇ ਹੋ, ਤੁਹਾਡਾ ਇਲਾਜ ਕਰਾਂਗਾ। ਹਲਕਾ ਡੇਰਾ ਬਾਬਾ ਨਾਨਕ ਪਿੰਡ ਤਲਵੰਡੀ ਰਾਮਾ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਵਰਗ ਵਾਸੀ ਟਕਸਾਲੀ ਸਾਬਕਾ ਸਰਪੰਚ ਬੱਸਣ ਸਿੰਘ ਦਾ ਪਰਿਵਾਰ ਕਰਨਜੀਤ ਸਿੰਘ ਤਲਵੰਡੀ ਰਾਮਾ ਅਤੇ ਹੋਰ ਆਪ ਆਗੂਆਂ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹਲਕਾ ਆਗੂ ਗੁਰਦੀਪ ਸਿੰਘ ਰੰਧਾਵਾ ਦਾ ਸਾਬਕਾ ਸਰਪੰਚ ਬੱਸਣ ਸਿੰਘ ਦੇ ਗ੍ਰਹਿ ਵਿੱਚ ਪਹੁੰਚਣ ਤੇ ਉਹਨਾਂ ਦਾ ਸੀਨੀਅਰ ਵਰਕਰਾਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਬਸੰਤ ਸਿੰਘ ਦੇ ਗ੍ਰਹਿ ਵਿੱਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਸਵਰਗਵਾਸੀ ਬਸੰਤ ਸਿੰਘ ਦੇ ਪਰਿਵਾਰਕ ਮੈਂਬਰ ਹਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਜੋ ਮਾਣ ਸਤਿਕਾਰ ਤੁਹਾਨੂੰ ਅਕਾਲੀ ਦਲ ਪਾਰਟੀ ਵੱਲੋਂ ਦਿੱਤਾ ਗਿਆ ਸੀ, ਉਸ ਤੋਂ ਵੱਧ ਸਾਡੀ ਪਾਰਟੀ ਵੱਲੋਂ ਦਿੱਤਾ ਜਾਵੇਗਾ। ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਸ਼ਰਾਰਤੀ ਅਫਸਰਾਂ ਵੱਲੋਂ ਵੱਖ ਵੱਖ ਵਟਸਐਪ ਗਰੁੱਪਾਂ ਵਿੱਚ ਫੇਕ ਪੋਸਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਸ ਵਿੱਚ ਰਤਾ ਪਰਸ ਸਿਆਈ ਨਹੀਂ ਹੈ, ਇਸ ਲਈ ਇਹਨਾਂ ਝੂਠੀਆਂ ਪੋਸਟਾਂ ਤੋਂ ਸੁਚੇਤ ਰਹਿਣ ਦੀ ਮੁੱਖ ਲੋੜ ਹੈ। ਗੁਰਦੀਪ ਸਿੰਘ ਰੰਧਾਵਾ ਨੇ ਸਾਬਕਾ ਸਰਪੰਚ ਬਸਤਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਟੀ ਦੇ ਨਿਸ਼ਾਨ ਵਾਲੇ ਸਰੋਪੇ ਪਾ ਕੇ ਪਾਰਟੀ ਵਿੱਚ ਜੀ ਆਇਆ ਕਿਹਾ।
ਬਸੰਤ ਸਿੰਘ ਦੇ ਪਰਿਵਾਰ ਨੇ ਹਲਕਾ ਆਗੂ ਗੁਰਦੀਪ ਸਿੰਘ ਨਾਲ ਆਧਾਰ ਵਿਸ਼ਵਾਸ ਦਵਾਇਆ ਤੇ ਜਿਸ ਤਰ੍ਹਾਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਲੰਬਾ ਸਮਾਂ ਗੁਜ਼ਾਰਿਆ ਸੀ ਪਰ ਹੁਣ ਅਕਾਲੀ ਦਲ ਦੀ ਪਾਟੋ ਧਾੜ ਕਰਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਜਿੰਨਾ ਚਿਰ ਸਾਡੇ ਸਵਾਸ ਹਨ ਉਹਨਾਂ ਚਿਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਵਰਦੀਆਂ ਤੱਕ ਪਹੁੰਚਾਇਆ ਜਾਵੇਗਾ। ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼। ਇੱਕ ਟਕਸਾਲੀ ਪਰਿਵਾਰ ਸੀ ਅਕਾਲੀ ਦਲ ਦੇ ਵਿੱਚ, ਕੀ ਕਾਰਨ ਹੋਇਆ ਕਿ ਅੱਜ ਤੁਹਾਨੂੰ ਆਮ ਪਾਰਟੀ ਜੁਆਇਨ ਕਰਨ ਦੀ? ਦੇਖੋ ਜੀ, ਇਹੋ ਜਿਹੇ ਫੈਸਲੇ ਜੋ ਕਿ ਬਹੁਤ ਹੀ ਵੱਡੇ ਦਿਲ ਨਾਲ ਲੈਣੇ ਪੈਂਦੇ ਆ, ਸਭ ਤੋਂ ਵੱਡਾ ਕਾਰਨ ਤਾਂ ਅਕਾਲੀ ਦਲ ਦੀ ਪਾਟੋ ਧਾੜ ਆ, ਜੋ ਕਿ 3 ਧੜੇ ਬਣ ਚੁੱਕੇ ਨੇ ਅਤੇ ਵਰਕਰਾਂ ਨੂੰ ਸਮਝ ਨਹੀਂ ਆਉਂਦੀ ਵੀ ਅਗਾਂਹ ਭਵਿੱਖ ਕੀ ਹੈ ਅਕਾਲੀ ਦਲ ਦਾ। ਅਤੇ ਇਸ ਦਾ ਵੱਡਾ ਕਾਰਨ ਕਿ ਜਦ ਸਾਡੇ ਹਲਕੇ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਇੰਚਾਰਜ ਸਾਹਿਬ ਨੇ, ਉਹਨਾਂ ਦਾ ਨੇਚਰ ਬਹੁਤ ਵਧੀਆ ਲੱਗਾ, ਮਿਲਣ ਵਾਲ ਸੁਭਾਅ, ਬਾਕੀ ਪਾਰਟੀ ਦੇ ਕੰਮਾਂ ਕਰਕੇ ਅਸੀਂ ਪਾਰਟੀ ਜੁਆਇਨ ਕਰ ਰਹੇ ਹਾਂ ਅਤੇ ਇਹ ਵੱਡਾ ਸਾਡਾ ਆਉਣ ਦਾ ਕਾਰਨ ਆ। ਸਾਨੂੰ ਉਹਨਾਂ ਦੇ ਕੰਮ ਆਮ ਆਦਮੀ ਦੇ ਪਾਰਟੀ ਬਹੁਤ ਵਧੀਆ ਲੱਗੇ ਅਤੇ ਇਹ ਸਭ ਤੋਂ ਵੱਡਾ ਕਾਰਨ ਸਾਡਾ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਹੈ। ਹੁਣ ਪੱਕਾ ਮਨ ਬਣਾਇਆ ਕਿ ਆਮ ਆਦਮੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ? ਅਸੀਂ ਜਿੰਨਾ ਚਿਰ ਵੀ ਚਲੋ, ਸਾਡੇ ਮਹਾਰਾਜ ਨੇ ਸਵਾਸ ਦਿੱਤੇ ਆ, ਘੜੀ ਦਾ ਪਤਾ ਨਹੀਂ ਹੁੰਦਾ, ਸਾਡਾ ਪੱਕਾ ਮਨ ਹੈ ਵੀ ਜਿੰਨਾ ਚਿਰ ਵੀ ਮਹਾਰਾਜ ਨੇ ਸਵਾਸ ਬਖਸ਼ਿਆ ਅਸੀਂ ਆਮ ਆਦਮੀ ਪਾਰਟੀ ਵਿੱਚ ਰਹਾਂਗੇ ਅਤੇ ਉਹਨਾਂ ਦੇ ਅਧੀਨ ਹੀ ਕੰਮ ਕਰਾਂਗੇ। ਜੋ ਭਗਵੰਤ ਮਾਨ ਸਰਕਾਰ ਜਿਹੜੀ ਕੰਮ ਕਰਵਾ ਰਹੀ ਕਿ ਉਹਨਾਂ ਤੋਂ ਤੁਸੀਂ ਸੰਤੁਸ਼ਟ? ਬਹੁਤ ਜ਼ਿਆਦਾ ਸੰਤੁਸ਼ਟ ਹਾਂ ਭਗਵੰਤ ਮਾਨ ਸਰਕਾਰ ਤੋਂ, ਜੋ ਕਿ ਸਭ ਤੋਂ ਵੱਡਾ ਜੋ ਕਿ 300 ਯੂਨਿਟ ਬਿਜਲੀ ਫਰੀ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜੋ ਸਾਨੂੰ ਆਸ ਹੈ ਵੀ ਜਿਹੜੇ ਵਾਅਦੇ ਕੀਤੇ ਸਦਾ ਭਗਵੰਤ ਮਾਨ ਸਰਕਾਰ ਨੇ ਉਹ ਪੂਰੇ ਕਰੇਗੀ, ਇਹਨਾਂ ਆਸਾਂ ਨੂੰ ਲੈਂਦਿਆਂ ਅਸੀਂ ਪਾਰਟੀ ਜੁਆਇਨ ਕੀਤੀ ਹੈ। ਵੀ ਪਿੰਡਾਂ 'ਚ ਡਿਵੈਲਪਮੈਂਟ ਚੱਲ ਰਹੀ ਹੈ ਜੀ ਹੁਣ? ਹਾਂਜੀ, ਕੁਝ ਪਿੰਡ ਅਜੇ ਵੀ ਪਾਟੋ ਧਾੜ ਦੇ ਸ਼ਿਕਾਰ ਦੇ, ਅਸੀਂ ਤਾਂ ਇਹੋ ਉਮੀਦ ਕਰਦੇ ਹਾਂ ਵੀ ਆਪਣਾ ਏਕਾ ਕਰਕੇ ਅਗਾਂਹ ਆਪਣੇ ਵਿਕਾਸ ਦੇ ਕੰਮ ਕਰਨ ਅਤੇ ਹੋਰ ਵੀ ਪਾਰਟੀ ਦੇ ਵਾਧੇ ਫੁੱਲੇ। ਜੀ ਰੰਧਾਵਾ ਸਾਹਿਬ, ਅੱਜ ਬੜਾ ਵੱਡਾ ਟਕਸਾਲੀ ਪਰਿਵਾਰ ਜਿਹੜਾ ਆਮ ਆਦਮੀ ਪਾਰਟੀ ਸ਼ਾਮਲ ਹੋਇਆ, ਇਸ ਸੰਬੰਧ ਵਿੱਚ? ਅੱਜ ਪਿੰਡ ਤਲਵੰਡੀ ਰਾਮਾ ਤੋਂ ਸਵਰਗੀ ਸਰਦਾਰ ਬਸੰਤ ਸਿੰਘ ਜੀ ਸਾਬਕਾ ਸਰਪੰਚ ਸੀਗੇ, ਉਹਨਾਂ ਦੇ ਅੱਜ ਪਰਿਵਾਰ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਅਕਾਲੀ ਦਲ 'ਚ ਸੀਗੇ, ਅੱਜ ਉਹਨਾਂ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸੇ ਤਰ੍ਹਾਂ ਹੀ ਹਰ ਰੋਜ਼ ਹੀ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਰੋਜ਼ ਹੀ ਜੁਆਇਨਿੰਗ ਜਿਹੜੀ ਆਮ ਆਦਮੀ ਪਾਰਟੀ 'ਚ ਬੜੇ ਵੱਡੇ ਪੱਧਰ 'ਤੇ ਡੇਰਾ ਬਾਬਾ ਨਾਨਕ 'ਚ ਹੋ ਰਹੀ ਆ। ਆਉਣ ਵਾਲੇ ਕੁਛ ਦਿਨਾਂ 'ਚ ਹੀ ਬਹੁਤ ਵੱਡੇ ਵੱਡੇ ਨਾਮਵਾਰੀ ਜਿਹੜੇ ਚਿਹਰੇ ਨੇ ਉਹ ਵੱਖ ਵੱਖ ਕਾਂਗਰਸ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ, ਤਾਂ ਮੈਂ ਇਹਨਾਂ ਨੂੰ ਯਕੀਨ ਦਵਾਉਣਾ, ਵਿਸ਼ਵਾਸ ਦਵਾ ਕੇ ਚੱਲਿਆ ਕਿ ਤੁਹਾਡਾ ਬਣਦਾ ਮਾਨ ਸਤਿਕਾਰ ਜਿਹੜਾ ਵਾ ਆਮ ਆਦਮੀ ਪਾਰਟੀ 'ਚ ਜਿਹੜਾ ਕੁਝ ਹੋਏਗਾ। ਜੀ ਰੰਧਾਵਾ ਸਾਹਿਬ, ਬੀਤੇ 2 ਮਹੀਨੇ ਤੋਂ ਨਕਲੀ ਪੋਸਟਾਂ ਪਾ ਕੇ ਅਤੇ ਵਰਕਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਵੇਖੋ, ਮੈਂ ਬਿਲਕੁਲ ਫੇਕ ਨਿਊਜ਼ ਚੱਲਦੀ ਆ, ਜੇ ਪ੍ਰੋ ਪੰਜਾਬ ਵਾਲਿਆਂ ਵੀ ਉਹਨੂੰ ਜਿਹੜੀ ਕੱਲ੍ਹ ਪਰਸੋਂ ਦੀ ਚੱਲਣ ਰਹੀ ਆ ਰਵੀ ਕਰਨ ਕਾਲੋਂ ਦੀ, ਉਹਨੂੰ ਕਹਿ ਕਿ ਇਹ ਫੇਕ ਆ, ਕੋਈ ਸ਼ਰਾਰਤੀ ਬੰਦੇ ਹੈਗੇ ਜਿਹੜੀਆਂ ਇਹੋ ਜਿਹੀਆਂ ਫੇਕ ਨਿਊਜ਼ਾਂ ਪਾ ਕੇ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਰਹੇ ਨੇ। ਇਹਦੇ 'ਚ ਪਿਛਲੀ ਬੜੀ ਕੋਈ ਗਿਣੀ ਮਿਥੀ ਸਾਜਿਸ਼ ਹੈ ਜਿਹੜੇ ਉਹਦੇ ਤਾਂ ਪਿਛਲੇ 2-3 ਮਹੀਨੇ ਤੋਂ ਹੀ ਇਹ ਚੱਲਣ ਡਿਆ, ਇਸ ਕਰਕੇ ਮੈਨੂੰ ਤਾਂ ਲੱਗਦਾ ਨਹੀਂ ਸੀ ਇਹੋ ਜਿਹੇ ਬੰਦਿਆਂ ਨੂੰ ਆਮ ਆਦਮੀ ਪਾਰਟੀ 'ਚ ਕੋਈ ਜਗ੍ਹਾ ਹੈਗੀ ਹੈ। ਆਮ ਆਦਮੀ ਪਾਰਟੀ ਬੜਾ ਸਾਫ਼ ਸੁਥਰਾ ਅਕਸ ਵੇਖ ਕੇ ਕਿਸੇ ਨੂੰ ਜੁਆਇਨਿੰਗ ਕਰਵਾਉਂਦੀ ਹੈ। ਇਹੋ ਜਿਹੇ ਜਿਹੜਾ ਜਿਨ੍ਹਾਂ 'ਤੇ ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਹੋਰ ਕਈ ਸੰਗੀਨ ਦੋਸ਼ ਜਿਹੜੇ ਨੇ ਉਹ ਲੱਗਦੇ ਆਏ ਨੇ ਪਿਛਲੇ ਲੰਮੇ ਸਮੇਂ ਤੋਂ, ਇਸ ਕਰਕੇ ਮੈਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਐਸੇ ਬੰਦਿਆਂ ਨੂੰ ਕਦੀ ਵੀ ਸ਼ਾਮਲ ਨਹੀਂ ਕਰੂਗੀ ਆਮ ਆਦਮੀ ਪਾਰਟੀ, ਉਹ ਜਗ੍ਹਾ ਹੀ ਹੈ ਨਹੀਂ ਇਹਨਾਂ ਲੋਕਾਂ ਵਾਸਤੇ ਆਮ ਆਦਮੀ।